ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਤੁਹਾਡਾ ਕੁਸ਼ਚਨ ਹੈਗਾ ਹੈ, ਗਿਵ ਫਸਟ ਦਾ ਸਟੈਪਸ ਯੂ ਵਿਲ ਯੂਜ਼ ਟੂ ਸੈਪਰੇਟ ਦਾ ਵੇਰੀਏਬਲ ਦੈਨ ਸੋਲਵ ਦੀ ਇਕੁਏਸ਼ਨ। ਠੀਕ ਹੈ ਜੀ, ਸਾਨੂੰ ਇਕੁਏਸ਼ਨ ਗਿਵਨ ਹੈ ਐਕਸ ਮਾਈਨਸ 1 ਇਜ਼ ਇਕੁਅਲ ਟੂ 0, ਤੇ ਕਹਿੰਦੇ ਕਿ ਅਸੀਂ ਵੇਰੀਏਬਲ ਨੂੰ ਸੈਪਰੇਟ ਕਰਨਾ ਵਾਲਾ, ਵੇਰੀਏਬਲ ਜਿਹੜਾ ਸਾਈਡ ਲੈਫਟ ਹੈਂਡ ਉਹ ਕੱਲਾ ਰੱਖਣਾ ਹੈ ਅਸੀਂ, ਤੇ ਅਸੀਂ ਕਿੱਦਾਂ ਕਰਨਾ ਸੋਲਵ ਨੂੰ, ਸਟੈਪ ਵਾਈਜ਼ ਮਤਲਬ ਸਟੈਪ ਲਿਖਣਾ ਹੈ ਅਸੀਂ ਕਿ ਸਟੈਪ ਯੂਜ਼ ਕੀਤਾ। ਠੀਕ ਹੈ, ਸਾਡੇ ਇਕੁਏਸ਼ਨ ਇਕੁਏਸ਼ਨ ਗਿਵਨ ਹੈ ਐਕਸ ਮਾਈਨਸ 1 ਇਜ਼ ਇਕੁਅਲ ਟੂ 0। ਠੀਕ ਹੈ ਜੀ, ਦੇਖੋ ਅਸੀਂ ਕੀ ਕਰਨਾ ਹੈ, ਐਕਸ ਨੂੰ ਇੱਥੇ ਕੱਲਾ ਸੈਪਰੇਟ ਕਰਨਾ ਹੈ, ਤੇ ਇਧਰ ਅਸੀਂ ਕੀ ਐਡ ਕਰਾਂਗੇ, ਸਾਡੇ ਕੋਲ ਕੱਲਾ ਐਕਸ ਬਚ ਜਾਵੇ, ਪਲੱਸ 1 ਕਰਾਂਗੇ ਤੇ ਸਾਡੇ ਕੋਲ ਕੱਲਾ ਐਕਸ ਬਚ ਜਾਏਗਾ। ਦੇਰਫੋਰ ਕੀ ਕਰਾਂਗੇ, ਐਡਿੰਗ ਜਾਂ ਐਡ ਕਰ ਲਓ ਐਡਿੰਗ 1 ਔਨ ਬੋਥ ਸਾਈਡਸ। ਠੀਕ ਹੈ ਜੀ, 1 ਬੋਥ ਐਡ ਕਰਾਂਗੇ ਕੀ ਬਣ ਜਾਏਗਾ, ਐਕਸ ਮਾਈਨਸ 1 ਪਲੱਸ 1 ਇਜ਼ ਇਕੁਅਲ ਟੂ 0 ਪਲੱਸ 1 ਕੀ ਬਣ ਜਾਏਗਾ, ਐਕਸ ਇਜ਼ ਇਕੁਅਲ ਟੂ। ਠੀਕ ਹੈ ਜੀ, ਸਾਡੀ ਕੁਸ਼ਚਨ ਸੋਲਵ ਹੋ ਗਈ। ਠੀਕ ਹੈ ਜੀ, ਧੰਨਵਾਦ।